ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਸੰਗਤਾਂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਦਿੱਲੀ ਗੁਰਦਰਾ ਸਾਹਿਬ ਬੰਗਲਾ ਸਾਹਿਬ ਤੋਂ ਦਸਵੇਂ ਪਾਸ਼ਾਏ ਦੀ ਲਿਖਤ ਦਸਮ ਗ੍ਰੰਥ ਸਾਹਿਬ ਦੇ ਵਿੱਚ ਆਈ ਬਚਿੱਤਰ ਨਾਟਕ ਨਾਮ ਦੀ ਰਚਨਾ ਦੇ 101 ਬੰਦਾਂ ਦੀ ਜੋ ਕਥਾ ਵਿਚਾਰ ਹੈ ਉਹ ਲਾਈਵ ਸਰਵਣ ਕਰਾਉਣਗੇ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਤੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਸੁਣਨ ਲਾਈਵ ਤੇ ਜਿਹੜੇ ਦਿੱਲੀ ਵਾਸੀ ਨੇ ਉਹ ਉੱਥੇ ਜਾ ਕੇ ਸੁਣਨ ਤੇ ਬਾਕੀ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਬੰਦੇ ਇਸ ਰਚਨਾ ਤੋਂ ਮੁਨਕਰ ਨੇ ਜਾਂ ਕਹ ਲਈਏ ਗੁਰੂ ਦੀ ਬਾਣੀ ਦੇ ਨਿੰਦਕ ਨੇ ਜਿਹੜੇ ਕਿ ਗੁਰੂ ਪਿਤਾ ਦੀ ਲਿਖਤ ਨੂੰ ਬਹੁਤ ਜ਼ਿਆਦਾ ਗਲਤ ਬੋਲਦੇ ਨੇ ਉਹਨਾਂ ਦੇ ਬਾਰੇ ਸੋ ਉਹਨਾਂ ਦੀਆਂ ਕਾਫੀ ਕਾਲੀ ਪੋਸਟਰ ਜੇ ਦਿਖ ਰਹੇ ਆ سوشل ਮੀਡੀਆ ਉੱਤੇ ਕਿ ਇਹ ਜੀ ਗਲਤ ਬਾਣੀ ਐ ਇਹਦੀ ਇਹਨੂੰ ਰੋਕ ਲੱਗਣੀ ਚਾਹੀਦੀ ਐ ਫਲਾਣਾ ਧਮਕਾ ਤੇ ਉਹਨਾਂ ਬੰਦਿਆਂ ਨੂੰ ਮੈਂ ਸਪੈਸ਼ਲੀ ਕਹਿਣਾ ਚਾਹੁੰਨਾ ਕਿ ਬਾਬਾ ਬੰਤਾ ਸਿੰਘ ਜੀ ਨੇ ਬਕਾਇਦਾ ਚੈਲੰਜ ਕੀਤਾ ਤੇ ਖੁੱਲਾ ਸੱਦਾ ਤੁਹਾਨੂੰ ਦਿੱਤਾ ਐ ਇਹ ਕੱਲਾ ਕਹਿ ਲਿਏ ਵੀ ਤੁਹਾਨੂੰ ਨਹੀਂ ਆਰਐਸਐਸ ਵਾਲਿਆਂ ਨੂੰ ਆਰੀਆ ਸਮਾਜੀਆਂ ਨੂੰ ਹੋਰ ਜਿੰਨੇ ਵੀ ਗੁਰੂ ਦਸਵੇਂ ਪੀਤਾ ਦੇ ਨਿੰਦਕ ਐ ਉਹਨਾਂ ਨੂੰ ਵੀ ਖੁੱਲਾ ਸੱਦਾ ਐ ਵਿਚਾਰ ਲਈ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹਨਾਂ ਦੇ ਨਾਲ ਤੁਸੀਂ ਵਿਚਾਰ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਹੁਣ ਰੌਲਾ ਪਾਉਨੇ ਨੇ ਨਾ ਇਦਾਂ ਤੇ ਉਹਨਾਂ ਦੀ ਔਕਾਤ ਦਾ ਪਤਾ ਲੱਗੂਗਾ ਹੁਣ ਕਿ ਤੁਸੀਂ ਬਸ ਇਕੱਲੇ ਫੇਸਬੁੱਕ ਉੱਤੇ ਲੋਕਾਂ ਨੂੰ ਬੁੱਧੂ ਬਣਾਉਣੀ ਜਾਣਦੇ ਹੋ ਕਿ ਤੁਸੀਂ ਜਾ ਕੇ ਉੱਥੇ ਵਿਚਾਰ ਵੀ ਕਰੋਗੇ ਉਹਨਾਂ ਦੇ ਨਾਲ ਠੀਕ ਹੈ ਜੀ ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਬੰਦੇ ਨੇ ਜਿਹੜੇ ਇਹ ਇਹਨਾਂ ਨੂੰ ਸਿੱਖ ਨਾ ਜਾਣੋ ਠੀਕ ਹੈ ਜੀ ਸਿੱਖ ਬੰਦਾ ਉਦੋਂ ਬਣਦਾ ਕਹਿ ਲਈਏ ਵੀ ਜਦੋਂ ਖੰਡੇ ਦੀ ਪੌਲ ਲੈਂਦਾ ਉਦੋਂ ਸਿੱਖ ਧਰਮ 'ਚ ਐਂਟਰੀ ਹੁੰਦੀ ਹੈ ਤੇ ਖੰਡੇ ਦੀ ਪੋਲ ਵੀ ਦਸ਼ਮ ਗ੍ਰੰਥ ਸਾਹਿਬ ਦੀ ਰਚਨਾ ਜਾਬ ਸਾਹਿਬ ਚੌਪਈ ਸਾਹਿਬ ਤੋਇ ਪ੍ਰਸਾਰ ਸਵਈਏ ਇਹ ਪੜ ਕੇ ਖੰਡੇ ਦੀ ਪੋਲ ਤਿਆਰ ਹੁੰਦੀ ਹੈ ਆਪਣੀ ਠੀਕ ਹੈ ਜੀ ਸੋ ਇਸ ਬਾਣੀ ਨੂੰ ਨਕਾਰਨਾ ਕਹਿ ਲਿਏ ਤੁਸੀਂ ਆਪਣੀ ਖੰਡੇ ਦੀ ਪੋਲ ਨੂੰ ਨਕਾਰਨਾ ਜਾਣੇ ਨਾ ਜਾਣ ਇਹਦੇ ਵਿੱਚ ਕਈ ਵੀਰ ਇਹਨਾਂ ਦੀਆਂ ਲਿਖਤਾਂ ਪੜ ਕੇ ਕਹਿ ਲਿਏ ਵੀ ਅੜਜ ਜਾਣੇ ਆ ਤੇ ਉਹਨਾਂ ਲਈ ਵੀ ਇਹ ਵਧੀਆ ਮੌਕਾ ਹੈ ਕਿ ਉਹ ਲਾਈਵ ਸੁਣਨ ਕੱਲੇ ਕੱਲੀ ਗੱਲ ਬਿਲਕੁਲ ਸਮਝਾਉਣਗੇ ਉਹ ਬਕਾਇਦਾ ਤੇ ਤੁਹਾਡੇ ਸ਼ੰਕੇ ਜਿਹੜੇ ਉਹ ਨਿਵਰਤ ਕਰਨਗੇ ਜੇ ਕਿਸੇ ਨੂੰ ਜ਼ਿਆਦਾ ਤਕਲੀਫ ਹੈ ਜਿਹੜੇ ਬੰਦੇ ਆ ਪੋਸਟਰ ਪਾਉਂਦੇ ਆ ਮਸ਼ਿਨਰੀ ਅਪਗ੍ਰੇਡ ਤਾਂ ਖੁੱਲਾ ਸਾਦਾ ਤੁਹਾਨੂੰ ਜਦੋਂ ਮਰਜੀ ਉੱਥੇ ਜਾ ਕੇ ਉਹਨਾਂ ਨਾਲ ਵਿਚਾਰ ਕਰ ਲਓ ਠੀਕ ਹੈ ਜੀ ਸਨਾਲੇ ਤੁਸੀਂ ਆਪਣੀ ਜਿਹੜੀ ਤੁਹਾਡੀ ਵਿਦਵਾਨੀ ਆ ਤੁਸੀਂ ਉਹ ਵੀ ਦਿਖਾਓ ਉੱਥੇ ਜਾ ਕੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਆਕ ਪਾਣੀਆਂ ਚ ਨਹੀਂ ਲੋਕਾਂ ਨੂੰ ਤਾਂ ਪਤਾ ਹੀ ਹੈ ਕਿ ਤੁਸੀਂ ਦੁਬਿਧਾ ਪਾਉਣ ਜੋਗੇ ਆ ਸੋਸ਼ਲ ਮੀਡੀਆ ਉੱਤੇ ਇੱਕ ਬਕਵਾਸ ਬਾਜ਼ੀ ਕਰਨ ਜੋਗੇ ਆ ਚਾਰਕ ਪੰਕਤੀਆਂ ਪਾ ਕੇ ਤੁਸੀਂ ਫੋਟੋ ਪਾ ਕੇ ਥੱਲੇ ਲਿਖ ਦਿੰਨੇ ਜੀ ਆਹ ਦੇਖੋ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਇਦਾਂ ਨਹੀਂ ਲਿਖ ਸਕਦੇ ਗੁਰੂ ਸਾਹਿਬ ਉਹਦਾ ਨਹੀਂ ਲਿਖ ਸਕਦੇ ਸੋ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਕਿ ਗੁਰੂ ਸਾਹਿਬ ਨੇ ਤੁਹਾਨੂੰ ਪੁੱਛ ਕੇ ਨਹੀਂ ਲਿਖਣਾ ਹੈਗਾ ਠੀਕ ਹੈ ਜੀ ਤੇ ਇਹ ਬਾਣੀਆਂ ਪ੍ਰਾਤਨ ਸਮੇਂ ਤੋਂ ਸੀ ਨਾ ਬਸੀਨਾ ਸਿੱਖ ਖਾਲਸਾ ਪੜਦਾ ਆ ਠੀਕ ਹੈ ਜੀ ਤੇ ਪੜਦਾ ਰਹੂਗਾ ਬਕਾਇਦਾ ਤੁਸੀਂ ਜਿਹੜਾ ਜੋਰ ਲਾਉਣਾ ਤੁਸੀਂ ਲਾ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੇ ਜਿਹੜੇ ਕਹਿੰਦੇ ਕਿ ਸਿੱਖ ਦੁੱਬਦਾ ਚ ਐ ਸਿੱਖ ਪਾਟ ਗਏ ਫਲਾਣਾ ਤੇ ਹਮਕਾ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਨਾ ਤੁਹਾਨੂੰ ਜਿਹੜੇ ਬੰਦੇ 10ਵੇਂ ਪਿਤਾ ਦੀ ਬਾਣੀ ਤੋਂ ਇਨਕਾਰ ਹੀ ਆ ਉਹਨਾਂ ਨੂੰ ਸਿੱਖ ਤੁਸੀਂ ਜਾਣੋ ਹੀ ਨਾ ਉਹ ਸਿੱਖ ਨਹੀਂ ਹੈਗੇ ਠੀਕ ਹੈ ਜੀ ਕਿਉਂਕਿ ਦਸਮ ਗ੍ਰੰਥ ਤੋਂ ਬਿਨਾਂ ਸਿੱਖ ਅਧੂਰਾ ਹੈ ਸਾਡਾ ਸਾਰਾ ਕੁਝ ਏ ਟੂ 8 ਦਸਮ ਗ੍ਰੰਥ ਨਾਲ ਜੁੜਿਆ ਹੋਇਆ ਸਾਡੀ ਵਿਲੱਖਣਤਾ ਇਸ ਗ੍ਰੰਥ ਨਾਲ ਜੁੜੀ ਹੋਈ ਹੈ ਇਹਨੂੰ ਇਨਕਾਰਨਾ ਤੁਸੀਂ ਖਾਲਸੇ ਪੰਥ ਤੋਂ ਇਨਕਾਰ ਹੀ ਆ ਨਕਾਰਨਾ ਹੈ ਠੀਕ ਹੈ ਜੀ ਤੇ ਹੁਣ ਮੌਕਾ ਇਹਨਾਂ ਨਿੰਦਗਾਂ ਲਈ ਬਕਾਇਦਾ ਚੈਲੰਜ ਕੀਤਾ ਬਾਬਾ ਬੰਦਾ ਸਿੰਘ ਨੇ ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਵਿਚਾਰ ਕਰੋ ਜਾ ਕੇ ਤੇ ਲਾਈਵ ਚਲਾਓ ਨਾਲੇ ਤੁਹਾਡੇ ਪਤਾ ਲੱਗੂਗਾ ਲੋਕਾਂ ਨੂੰ ਕਿ ਤੁਸੀਂ ਕਿੰਨੇ ਕੁ ਪਾਣੀਆ ਚ ਜੇ ਤੁਸੀਂ ਨਾ ਗਏ ਵਿਚਾਰ ਲਈ ਤਾਂ ਫਿਰ ਤਾਂ ਪਤਾ ਹੀ ਹੈ ਕਿ ਤੁਸੀਂ ਫੇਸਬੁੱਕ 'ਚ ਉਹ ਗਏ ਹੋਰ ਕੀ ਅੱਲੇ-ਬੱਲੇ ਤੁਹਾਡੇ ਠੀਕ ਹੈ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਗਿਆਸੂ ਵੀਰਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਉਹ ਬਾਣੀ ਆ ਜਿਹੜੀ ਬੜੀ ਮਹਿੰਗੀ ਬਾਣੀ ਆ ਉਹ ਠੀਕ ਹੈ ਜੀ ਆਮ ਬੁੱਧੀ ਦੇ ਨਹੀਂ ਸਮਝ ਬਚਾਉਂਦੀ ਹੈਗੀ ਮਿਹਨਤ ਕਰਨੀ ਪੈਂਦੀ ਹੈ ਆਪਣੇ ਗ੍ਰੰਥ ਪੜ੍ਹਨ ਲਈ ਠੀਕ ਹੈ ਪਹਿਲੇ ਸਮਿਆਂ ਦੇ ਵਿੱਚ ਸੰਥਿਆ ਤਾਂ ਹੀ ਕਰਾਉਂਦੇ ਸੀਗੇ ਕਿ ਇਹਨਾਂ ਗ੍ਰੰਥਾਂ ਦਾ ਅਧਿਐਨ ਕਰਾਇਆ ਜਾ ਸਕੇ ਬੰਦੇ ਨੂੰ ਸਮਝ ਆ ਸਕਣ ਅੱਜ ਆਪਾਂ ਪੜ੍ਹਦੇ ਹੈ ਨਹੀਂ ਦਰਸ਼ਨ ਤੱਕ ਨਹੀਂ ਕਰਦੇ ਲੇਕਿਨ ਇਹਨਾਂ ਦੀਆਂ ਲਿਖਤਾਂ ਪੜ੍ਹ ਕੇ ਜਿਹੜੇ ਸਵਾਲ ਦਾਗਣ ਲੱਗ ਜੰਨੇ ਆ ਉਹਦਾ ਕੋਈ ਫਾਇਦਾ ਨਹੀਂ ਜਗਿਆਸੂ ਵੀਰਾਂ ਨੂੰ ਬੇਨਤੀ ਜੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਤਾਂ ਇਹ ਜਿਹੜੀ ਲਾਈਵ ਕਥਾ ਚੱਲਣੀ ਹੈ ਬਚਿੱਤਰ ਨਾਟਕ ਦੀ ਤੇ ਇਹਨੂੰ ਸਪੈਸ਼ਲੀ ਸੁਣਨ ਅਤੇ ਆਪਣੇ ਸ਼ੰਕੇ ਨਿਵਰਤ ਕਰਨ ਠੀਕ ਹੈ ਜੀ ਤੇ ਬਾਬਾ ਬੰਦਾ ਸਿੰਘ ਦਿੱਲੀੋਂ ਹੈ ਜਿਹਨੂੰ ਵੈਸੇ ਕੋਈ ਮਨ ਦੇ ਸ਼ੰਕਾ ਹੈ ਉੱਥੇ ਮਿਲ ਕੇ ਕਲੀਅਰ ਕਰ ਲੈਣਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਲੇਕਿਨ ਇਹ ਜਿਹੜੇ ਨਿੰਦਕ ਹੈ ਸੋ ਇਹ ਇਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਪਹੁੰਚੋ ਉੱਥੇ ਜੇ ਹੈਗੀ ਤੁਹਾਡੇ ਜਿਹਮਤ ਨਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਤੁਸੀਂ ਬੰਦ ਕਰੋ ਕਿਉਂਕਿ ਤੁਸੀਂ ਪ੍ਰਾਨੇ ਸਿੰਘਾਂ ਤੋਂ ਜ਼ਿਆਦਾ ਸਿਆਣੇ ਨਹੀਂ ਹੈਗੇ ਤੁਸੀਂ ਕਾਮਲੀਕ ਮੱਖੀ ਨਹੀਂ ਮਰੀਏਗੀ ਠੀਕ ਆ ਤੇ ਤੁਸੀਂ ਲੱਗ ਪਏ ਗੁਰੂ ਘਰਾਂ ਦੀਆਂ ਬਾਣੀਆਂ ਤੇ ਇਤਿਹਾਸ ਤੇ ਸ਼ੰਕੇ ਕਰਨ ਠੀਕ ਹੈ ਜੀ ਹੁਣ ਤੱਕ ਸਾਰਾ ਕੁਝ ਸੈੱਟ ਚੱਲਦਾ ਸੀਗਾ ਲੇਕਿਨ ਜਦਦੇ ਤੁਸੀਂ ਆਏ ਸਾਰੇ ਇਹਨਾਂ ਨੇ ਲੋਕਾਂ ਨੂੰ ਬੁੱਧੂ ਬਣਾ ਕੇ ਰੱਖਤਾ ਚਾਰ ਪੰਕਤੀਆਂ ਲਿਖ ਕੇ ਤੁਸੀਂ ਸੋਸ਼ਲ ਮੀਡੀਆ ਉੱਤੇ ਕਹਿੰਨੇਗੇ ਜੀ ਇਹ ਬਾਣੀ ਨਹੀਂ ਗੁਰੂ ਘਰ ਦੀ ਐਦਾਂ ਥੋੜਾ ਹੋਇਆ ਕਰਦਾ ਜੇ ਬੱਚਾ ਸ਼ੁਰੂ ਤੋਂ ਪੜਦਾ ਨਸਰੀ ਤੋਂ ਲੈ ਕੇ ਹੌਲੀ-ਹੌਲੀ ਦਸਵੀਂ ਤੱਕ ਪਹੁੰਚਦਾ ਤੁਸੀਂ ਐਡੇ ਵੱਡੇ ਗ੍ਰੰਥ ਚੋਂ 2-4 ਪੰਕਤੀਆਂ ਚੱਕ ਕੇ ਕਹਿ ਦਿੰਨੇ ਆਹ ਦੇਖੋ ਜੀ ਗੁਰੂ ਦੀ ਬਾਣੀ ਨਹੀਂ ਆਹ ਦੇਖੋ ਗੁਰੂ ਦੀ ਬਾਣੀ ਐਦਾ ਥੋੜਾ ਹੋਇਆ ਕਰਦਾ ਜੇ ਕਹਿੰਦੇ ਨੇ ਵਿਚਾਰ ਕਰਨੀ ਇਹ ਤਾਂ ਖੁੱਲਾ ਸੱਦਾ ਏ ਸ਼ੁਰੂ ਤੋਂ ਲੈ ਕੇ ਐਨ ਤੱਕ ਕਰੋ ਵਿਚਾਰ ਦਸਮ ਗ੍ਰੰਥ ਸਾਹਿਬ ਦੀ ਸਾਰੇ ਸ਼ੰਕੇ ਨੇ ਵਿਰਤ ਕੀਤੇ ਜਾਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਬਦ ਤੋਂ ਬਦ ਲਾਹ ਲਿਓ ਸੁਣਿਓ ਐਨ ਜਾਣਿਓ ਦਸਵੇਂ ਪਿਤਾ ਦੀ ਬਾਣੀ ਜੋ ਜਿਹੜੀ ਕਿ ਕਹਿ ਲਈਏ ਵੀ ਅੱਜ ਤੱਕ ਓਲੇ ਚ ਪਈ ਸੀਗੀ ਇਹ ਹੁਣ ਉਜਾਗਰ ਹੋਈ ਐ ਇਹਨਾਂ ਨਿੰਦਗਾ ਕਰਕੇ ਇਹਨਾਂ ਨੇ ਵਿਰੋਧ ਕੀਤਾ ਤੇ ਇਸ ਲਈ ਇਸ ਦੀ ਕਥਾ ਅੱਜ ਹਰ ਗੁਰੂ ਘਰ ਚ ਹੋ ਰਹੀ ਹੈ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਸੀਂ ਸਾਰੇ ਨਾਲ ਸੁਣਨੀ ਹੈ ਕਥਾ ਲਾਈਵ ਚੱਲੇਗੀ ਆਪਣੇ ਪੇਜ ਉੱਤੇ ਵੀ ਚੱਲੇਗੀ ਠੀਕ ਹੈ ਜੀ ਸੋ ਬਾਤੋ ਬਦਲਾ ਲੈਣਾ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ